ਨਹਾ ਰਿਹਾ ਤੇ ਮੈਂ ਉਹ ਮਿੰਟ ਕੇ ਬਾਅਦ ਥੱਲੇ ਦੇਖਦਾ ਨਾ ਜਿਹਦਾ ਕਿ ਹੁਣ ਫਲੋਰ ਹੈ ਮੈਨੂੰ ਚੱਕਰ ਆ ਲੱਭਣ ਐਜ਼ ਇਟ ਇਜ਼ ਵਰਜਨ ਮੋਜੀਟੋ ਸੋ ਅੱਜ ਸਾਡਾ ਮੂਡ ਸੀ ਕਾਲੀ ਮਿਰਚ ਚਿਕਨ ਖਾਣ ਦਾ ਜੇ ਕਿੱਡਾ ਵਧੀਆ ਫਲੇਵਰ ਆਇਆ ਇਹ ਸਟੈਪ ਤਾਂ ਤੁਹਾਨੂੰ ਪਤਾ ਨਹੀਂ ਲੱਗਦਾ ਇਹ ਸਟੈਪ 2 ਤੇ ਜਿਹੜਾ ਥਰਡ ਸਟੈਪ ਹੈ ਇਹ ਰਾਊਂਡ ਪੂਰਾ ਘੁੰਮਦਾ ਹੈ ਵਾਲਾ ਫਲੋਰ ਸੋ ਹੈਲੋ ਐਵਰੀਵਨ ਕਿੱਦਾਂ ਸਾਰੇ ਠੀਕ ਹੋ ਰੁਬਾਨੀਆ ਜੀ ਠੀਕ ਹੋ ਯੈਸ ਯੈਸ ਸੋ ਰੁਬਾਨੀਆ ਸਾਨੂੰ ਅੱਜ ਲੈ ਆਈ ਹੈ ਖਿੱਚ ਕੇ ਸੈਂਡੋਜ਼ ਸਾਡੇ ਜਲੰਧਰ 'ਚ ਓਪਨ ਹੋਇਆ ਰਾਊਂਡ ਘੁੰਮਣ ਵਾਲਾ ਰੈਸਟੋਰੈਂਟ ਹੈ ਇਹਦਾ ਫਲੋਰ ਪੂਰਾ ਰਾਊਂਡ ਘੁੰਮਦਾ ਅਤੇ ਆਪਾਂ ਉੱਥੇ ਆਏ ਹਾਂ ਅੱਜ ਫੂਡ ਦੇਖਦੇ ਹਾਂ ਅਤੇ ਡਿਫਰੈਂਟ ਅਤੇ ਯੂਨੀਕ ਚੀਜ਼ ਹੈ ਉਹ ਆਪਾਂ ਨੂੰ ਦੇਖਣ ਆਏ ਹਾਂ ਅੱਜ ਸਾਨੂੰ ਪਤਾ ਨਹੀਂ ਸੀ ਕੀ ਹੈ ਪਰ ਓਪਨ ਹੋਏ ਨੂੰ 3 ਮਹੀਨੇ ਹੋ ਗਏ ਆ ਯੈਸ ਦੇਖੇ ਉੱਪਰ ਜਾ ਕੇ ਮੁਝੇ ਬਹੁਤ ਅੱਛਾ ਲਗਾ ਕਿ ਮੈਂ ਪਹਿਲੀ ਵਾਰੀ ਸੈਂਡੋਜ਼ ਆਈ ਯੈਸ ਅਤੇ ਰੁਬਾਨੀਆ ਹੀ ਸਾਰਿਆਂ ਨੂੰ ਲੈ ਕੇ ਆਈ ਹੈ ਤੁਹਾਨੂੰ ਸਾਰਿਆਂ ਨੂੰ ਵੀ ਦਿਖਾਉਂਦੇ ਹਾਂ ਲਾਈਕ ਕਰਿਓ ਵੀਡੀਓ ਅਤੇ ਸ਼ੇਅਰ ਜ਼ਰੂਰ ਕਰਿਓ ਵਧੀਆ ਰੈਸਟੋਰੈਂਟ ਹੈ ਫੂਡ ਵਧੀਆ ਐਮਬੀਐਸ ਵਧੀਆ ਸਟਾਫ ਅਤੇ ਸਾਰਾ ਬਹੁਤ ਹਰ ਚੀਜ਼ ਹੀ ਵਧੀਆ ਤੁਸੀਂ ਆ ਕੇ ਵਿਜ਼ਿਟ ਜ਼ਰੂਰ ਕਰਿਓ ਇੱਕ ਵਾਰੀ ਬਿਲਕੁਲ ਜੋਤੀ ਚੌਂਕ ਦੇ ਵਿੱਚ ਹੀ ਹੈਗਾ ਸੈਂਡੋਜ਼ ਯੈਸ ਚਲੇ ਉੱਪਰ ਚਲਾ ਹੁਣ ਉੱਪਰ ਚੱਲਦੇ ਹਾਂ ਹੈਲੋ ਗਾਇਸ ਤਾਂ ਅੱਜ ਹਮ ਆਏ ਹੈ ਰਿਵੋਲਵਿੰਗ ਹੋਟਲ ਸੈਂਡੋਜ਼ ਇਹ ਦੇਖੋ ਇਹ ਹਲਕਾ ਹਲਕਾ ਘੁੰਮ ਰਹਾ ਹੈ ਸਾਰਾ ਘੁੰਮ ਰਹਾ ਹੈ ਹਾਂ ਸੋ ਲਾਈਵ ਬੈਂਡ ਵੀ ਚੱਲ ਰਿਹਾ ਨਾਲ ਨਾਲ ਜੋ ਕਿ ਮਾਹੌਲ ਬਣਾ ਰਿਹਾ ਪੂਰਾ ਉਹ ਰੈਸਟੋਰੈਂਟ ਤੁਹਾਨੂੰ ਸੈਂਡੋਜ਼ ਦਿਖਾਉਣ ਲੱਗਾ ਸਭ ਤੋਂ ਮੇਨ ਖਾਸੀਅਤ ਇਹੀ ਗੱਲ ਦੀ ਕਿ ਇਹਦਾ ਫਲੋਰ ਘੁੰਮ ਰਿਹਾ ਮੈਨੂੰ ਜਦ ਪਹਿਲੇ ਉੱਪਰ ਚੜ੍ਹੇ ਮੈਨੂੰ ਜਦ ਲੱਗਾ ਨਹੀਂ ਜਦੋਂ ਮੈਂ ਧਿਆਨ ਨਾਲ ਗੌਰ ਕੀਤਾ ਤਾਂ ਫਲੋਰ ਪੂਰਾ ਰਾਊਂਡ ਹੈ ਪੂਰਾ ਜਿਹੜਾ ਆਪਾਂ ਦੇਖ ਰਹੇ ਸਾਰਾ ਸਾਰਾ ਘੁੰਮ ਰਿਹਾ ਅਤੇ ਹੁਣ ਮੈਂ ਉਹ ਦਿਖਾਉਂਦਾ ਤੁਹਾਨੂੰ ਉਹਦੇ ਯਾਦ ਕਰ ਇਸ ਸਟੈਪ ਤਾਂ ਤੁਹਾਨੂੰ ਪਤਾ ਨਹੀਂ ਲੱਗਦਾ ਇਸ ਸਟੈਪ 2 ਅਤੇ ਜਿਹੜਾ ਥਰਡ ਸਟੈਪ ਹੈ ਇਹ ਰਾਊਂਡ ਪੂਰਾ ਘੁੰਮਦਾ ਹੈ ਵਾਲਾ ਫਲੋਰ ਆਹ ਦੇਖੋ ਬਿਲਕੁਲ ਸਲੋ ਸਲੋ ਘੁੰਮ ਰਿਹਾ ਸਾਨੂੰ ਪਤਾ ਨਹੀਂ ਲੱਗਦਾ ਬੈਠੇ ਪਰ ਆਪਾਂ ਘੁੰਮ ਕੇ ਫਿਰ ਉੱਥੇ ਵਾਪਸ ਆ ਜਾਂਦੇ ਹਾਂ ਕਿਉਂਕਿ ਬੜੀ ਯੂਨੀਕ ਚੀਜ਼ ਹੈ ਰੁਬੂ ਜੀ ਕੈਸਾ ਲੱਗ ਰਿਹਾ ਹੈ ਬਹੁਤ ਅੱਛਾ ਔਰ ਪੂਰਾ ਫਲੋਰ ਘੁੰਮ ਰਿਹਾ ਹੈ ਨਾ ਬਹੁਤ ਡਿਫਰੈਂਟ ਆਪਣਾ ਰੈਸਟੋਰੈਂਟ ਹੋਟਲ ਹੈ ਵਾਲਾ ਜੋ ਜਲੰਧਰ 'ਚ ਖੁੱਲਿਆ ਸੋ 2-3 ਮਹੀਨੇ ਹੋਏ ਹੈ ਤੁਸੀਂ ਆ ਕੇ ਸਾਰੇ ਵਿਜ਼ਿਟ ਕਰਕੇ ਜ਼ਰੂਰ ਦੇਖੋ ਜਲੰਧਰ ਵਾਲੇ ਵੈਸੇ ਤਾਂ ਜ਼ਿਆਦਾਤਰ ਆ ਗਏ ਹੋਣ ਜਿਹੜੇ ਨਹੀਂ ਵੀ ਆਏ ਆ ਕੇ ਤੁਸੀਂ ਦੇਖ ਲਓ ਜਾਂ ਵੀਡੀਓ ਦੇਖ ਕੇ ਤੁਸੀਂ ਦੱਸ ਦਿਓ ਕਿੱਦਾਂ ਲੱਗਾ ਤੁਹਾਨੂੰ ਮੈਨੂੰ ਤਾਂ ਬਹੁਤ ਵਧੀਆ ਲੱਗਾ ਅਤੇ ਆਪਾਂ ਹੁਣ ਦੇਖ ਰਹੇ ਹਾਂ ਖਾਣਾ ਖੁਣਾ ਵੀ ਦੇਖਾਂਗੇ ਕਿੱਦਾਂ ਦਾ ਹੈਗਾ ਇੱਥੇ ਦਾ ਉਹ ਵੀ ਦੇਖਦੇ ਹਾਂ ਓ ਲਓ ਮਲਾਈ ਚਾਂਪ ਆ ਗਈ ਸਾਡੀ ਫੇਵਰੇਟ ਵਾਹ ਜੀ ਸ਼ਾਨਦਾਰ ਲੱਗ ਰਹੀ ਹੈ ਟੇਸਟ ਕਰਕੇ ਦੇਖਦੇ ਮੂੰਹ 'ਚ ਪਾਣੀ ਆ ਰਿਹਾ ਆਹ ਹਾਂ ਹਾਂ ਬਹੁਤ ਵਧੀਆ ਲੱਗ ਰਹੀ ਹੈ ਸੋ ਹੁਣ ਇੱਕ ਤਰ੍ਹਾਂ ਦਾ ਘੁੰਮ ਕੇ ਇੱਧਰੋਂ ਦੇ ਉੱਧਰ ਚਲਾ ਗਿਆ ਪਹਿਲੇ ਆਪਾਂ ਉੱਧਰ ਸੀਗੇ ਅਤੇ ਹੁਣ ਘੁੰਮ ਕੇ ਇੱਧਰ ਆ ਗਿਆ ਕਿਉਂਕਿ ਇਹ ਇਹਨਾਂ ਦਾ ਰਿਸੈਪਸ਼ਨ ਜਾਂ ਬਾਹਰ ਆ ਗਿਆ ਪਹਿਲੇ ਆਪਾਂ ਇਸ ਵਾਲ ਦੇ ਉੱਧਰ ਇਸ ਵਾਲ ਤੋਂ ਉੱਧਰ ਸੀਗੇ ਅਤੇ ਹੁਣ ਆਪਾਂ ਰਿਸੈਪਸ਼ਨ ਵੱਲ ਆ ਗਏ ਹਾਂ ਇੱਧਰ ਬਾਰ ਵੱਲ ਆ ਗਏ ਹਾਂ ਹੁਣ ਚਾਂਪ ਤਾਂ ਸਪੈਸ਼ਲ ਲੱਗ ਰਹੀ ਹੈ ਅਤੇ ਬਹੁਤ ਟੇਸਟੀ ਮਜ਼ਾ ਆ ਗਿਆ ਰੁਬਾਨੀ ਨੂੰ ਬਹੁਤ ਪਸੰਦ ਆਈ ਹੈ ਚਾਂਪ ਉਹਦੀ ਫੇਵਰੇਟ ਹੈ ਮੇਰੀ ਵੀ ਫੇਵਰੇਟ ਹੈ ਅਤੇ ਸਵਾਦ ਹੈ ਗੁੱਡ ਟੇਸਟ ਪ੍ਰੋਪਰ ਵੇ ਨਾਲ ਕੁੱਕ ਹੋਈ ਹੋਈ ਹੈ ਸੋ ਆਹ ਤੁਸੀਂ ਦੇਖ ਸਕਦੇ ਹੋ ਸਾਰੇ ਕਿ ਇਹ ਪੂਰਾ ਫਲੋਰ ਘੁੰਮ ਰਿਹਾ ਇਹਨੂੰ ਰਿਵੋਲਵਿੰਗ ਹੋਟਲ ਕਹਿੰਦੇ ਆ ਸੈਂਡੋਜ਼ ਜੋ ਜਲੰਧਰ 'ਚ ਅਟਰੈਕਸ਼ਨ ਬਣਿਆ ਹੋਇਆ ਇਸ ਵੇਲੇ ਸਾਰਿਆਂ 'ਚ ਬਹੁਤ ਅਟਰੈਕਟ ਕਰ ਰਿਹਾ ਸਾਰਿਆਂ ਨੂੰ ਹੀ ਦੇਖੋ ਸਾਰਾ ਘੁੰਮ ਰਿਹਾ ਇਸ ਵੇਲੇ ਫਲੋਰ ਬਿਲਕੁਲ ਸਲੋ ਸਲੋ ਮਜੀਟੋਜ਼ ਆ ਗਏ ਆਪਣੇ ਵਾਹ ਸੋ ਸਾਡਾ ਡਿਨਰ ਇਸ ਤੋਂ ਬਗੈਰ ਅਧੂਰਾ ਹੈ ਇਹ ਆਮ ਬੰਨਾ ਫਲੇਵਰ ਹੈ ਅਤੇ ਸਾਡਾ ਇਹ ਐਜ਼ ਇਟ ਇਜ਼ ਵਰਜਨ ਮੋਜੀਟੋ ਅਤੇ ਰੁਬਾਨੀਆ ਜੀ ਖਾ ਰਹੇ ਹੈ ਆਮ ਬੰਨਾ ਫਲੇਵਰ ਵਾਹ ਡਿਫਰੈਂਟ ਟੇਸਟ ਗੁੱਡ ਟੇਸਟ ਬਹੁਤ ਡਿਫਰੈਂਟ ਡਿਫਰੈਂਟ ਡਿਸ਼ਿਜ਼ ਹੈ ਇੱਥੇ ਤੁਸੀਂ ਆ ਕੇ ਸਾਰੇ ਟਰਾਈ ਕਰ ਸਕਦੇ ਹੋ ਸੋ ਅੱਜ ਸਾਡਾ ਮੂਡ ਸੀ ਕਾਲੀ ਮਿਰਚ ਚਿਕਨ ਖਾਣ ਦਾ ਅਤੇ ਕਿੱਡਾ ਵਧੀਆ ਫਲੇਵਰ ਆਇਆ ਵਾਹ ਕਿੱਡਾ ਵਧੀਆ ਲੱਗ ਰਿਹਾ ਵਾਹ ਇਹਦਾ ਖਾ ਕੇ ਦੇਖਦੇ ਹਾਂ ਟੇਸਟ ਇਹਦਾ ਮੂੰਹ 'ਚ ਤਾਂ ਪਾਣੀ ਜ਼ਬਰਦਸਤ ਵਾਲਾ ਆ ਗਿਆ ਕਿੱਡਾ ਵਧੀਆ ਲੱਗ ਰਿਹਾ ਆਹ ਸਾਡਾ ਐਜ਼ ਇਟ ਇਜ਼ ਪਨੀਰ ਬਟਰ ਮਸਾਲਾ ਕਿੱਡਾ ਵਧੀਆ ਲੱਗ ਰਿਹਾ ਦੇਖੋ ਆਹ ਮੈਨੂੰ ਪਤਾ ਤੁਹਾਨੂੰ ਭੁੱਖ ਲੱਗ ਗਈ ਸਾਰਿਆਂ ਨੂੰ ਅਤੇ ਸਾਡੀਆਂ ਚਪਾਤੀਆਂ ਵੀ ਨਾਨ ਵੀ ਆ ਗਏ ਆ ਬਟਰ ਨਾਨ ਆ ਗਏ ਬਟਰ ਚਪਾਤੀਆਂ ਆ ਗਈਆਂ ਅਤੇ ਮਜ਼ਾ ਆਏ ਨਾ ਇਹ ਫੂਡ ਖਾ ਕੇ ਵਾਹ ਕਿੱਡਾ ਸ਼ਾਨਦਾਰ ਲੱਗ ਰਹੀਆਂ ਡਿਸ਼ਿਜ਼ ਸਾਰੀਆਂ ਹੀ ਕਾਲੀ ਮਿਰਚ ਚਿਕਨ ਤਾਂ ਬਹੁਤ ਖਾਧੇ ਆ ਪਰ ਇਹ ਵੀ ਟੇਸਟ ਕਰਦੇ ਹਾਂ ਅੱਜ ਵਧੀਆ ਲੱਗ ਰਿਹਾ ਵਾਹ ਹੂੰ
वाह बहुत शानदार, थोड़ा क्रीमी है। बहुत स्वाद है, दूसरे रेस्टोरेंट भी बढ़िया है, जलंधर ने सारे लाइक कर रहे हैं, सारे तुम विजिट करियो तो फूड डाइनिंग करो। मेन सब तो वधिया ही गल है, आप पहले कितने से हूँ किधर आ गए हैं, फ्लोर पूरा घूम रहे हैं, पूरा घूम रहे हैं, डिफरेंट चीज़ है, यूनिक चीज़ है, सारे आ गए बच्चे इतने क्रेजी क्रेजी, आप भी क्रेजी, मैं भी क्रेजी हो गया, मैंने भी डिफरेंट चीज़ लगी है, रुबानी तो बहुत लगी है, क्यों रुबानी है ना, तो पूरा फ्लोर घूम रहा, पूरा फ्लोर घूम रहा फुल बबिचकार इन्होंने रिसेप्शन बार है तो वो आसे पास सारा फ्लोर घूम रहा, फ्लोर पूरा घूम रहा है, तो घूम के बस सारा इधरों जी व्यूज है, साड़ा सीन है, सीनरी है साढ़े जलंधर की सारी नज़र आ जाती है। आ देखो सामने साड़ी रोड आ गई, थलों के उपरा बहुत वधिया लग रहा, देखो सो फूड बहुत गुड से, इन्हों का खत्म हो गया, तो ड्रिंक्स भी वधिया सी, प्राइजेस भी रीजनेबल है, बाकी तुम सारे विजिट जरूर करियो, ठीक है, जलंधर के ज्योति चौंक से खुले सैंडोज के नाम से रेस्टोरेंट है, सारे इंजॉय करते, फैमिलीज बहुत आदि इतने। सो फाइनल टच साड़ी आइसक्रीम, आया साडा खाना अधूरा वै, आए मेरी रुबानी ने खानी इसलिए मंगाई है, मैंने पता थोड़े सारे मुँह च पानी आ रहा, सारे आ जाओ फटाफट सैंडोज, बहुत अल्टीमेट टेस्ट है इन्हों का फूड का, वेरी गुड प्रैपरेशन है, तो स्टाफ बहुत वधिया इन्हों के, तो काफ़ी कोऑपरेटिव है, बाकी तुम जिदा भी तुम्हारी चॉइस है फूड लो तो इंजॉय करो सारे फैमिली नाल। तो साडा जलंधर किड्डा वधिया लगता उपरों की, आ देखो सारा सामने सामने ज्योति चौंक है, सारी रोड किड्डी वधिया लगती पी इधर उपरों, व्यू बहुत वधिया इस रेस्टोरेंट तो होटल तो सैंडोज तो, थले पार्किंग आ गई, किड्डा वधिया लग रहा इतों माहौल सारा, वाह। सो देख रहे हैं इधर भी सारा पूरा पूरा टर्न होकर घूम के वापस आता है, तो इधरों की साड़ी रिसेप्शन कभी उधरों आप जाने जो इधरों घूम के वापस आ जाने, साड़ा बार आ गया इधर, सुआह देखो पूरा प्रॉपर इतों पता लग रहा है कि घूम रहे हैं, बड़ी यूनीक चीज़ है, डिफरेंट जी चीज़ है, मैं आप वधिया लगी है, पंजाब च फस्ट ही है जलंधर जी खुलिया जोड़ा, तो रुबानिया जी ने भी बहुत वधिया लगा, तो वह भी बस देख ही जा रहे कि करा, आ देखो स्टैप कितने लगते, स्टैप अगे हो जाता नाल ही, बड़ी वधिया चीज़ है भी बड़ी है ना रूबू, यस चलो रू प्लीज़ लाइक शेयर एंड सबसक्राइब कर लो चैनल, तो कि वधिया लग रहा सारा फ्लोर घूम रहे हैं, बड़ी यूनीक चीज़ है, देखो वाह वाह डिफरेंट चीज़। सो बार घूम के जिदा इस वॉल तो पिछे आ जाता है, यह बार है, तो आप घूम के कभी उधर हो जाइए साके सामने आ जाइए, इधरों एक ए पिलर है तो एक ए पिलर है, दोनों का थोड़ा पता लगता है कि घूम के वापस आप उधर ही आ गए हैं, यह पिछों नज़र आता थोड़ा पता लगता है कि राउंड सारा सर्कल पूरा हो गया, एक राउंड सारा पूरा हो गया, एक थैंक यू सर, थैंक यू थैंक यू थैंक यू। चलो मिलते हैं तुम फिर अगली वीडियो, जो वीडियो वधिया लगी तो लाइक जरूर कर दियो यार, लाइक तो अपन कसा दिया करो जो वधिया लगती वीडियो, क्योंकि रेस्टोरेंट बहुत वधिया, देखो सारा उपर सैंडोज उपर उपर टर्न करता पूरा घूमता है उपरला फ्लोर, जाके विजिट जरूर करियो, बड़ा यूनीक जहाँ डिफरेंट जहाँ बनया, थैंक यू सर वॉच कर ली, तो सबसक्राइब कर लियो चैनल, तुम मिलते हैं अगली वीडियो फिर।